ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੌਣ ਰਹੇ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਗੱਲ ਕਰਦੇ ਹਾਂ ਅੱਜ ਬੋਨਸ 800 ਯੂਰੋ ਦੀ ਇਹ ਉਹ ਬੋਨਸ ਆ ਜਿਸ ਨੂੰ ਇਟਲੀ ਦੇ ਵਿੱਚ ਤਕਰੀਬਨ ਸਾਰੇ ਬੰਦਿਆਂ ਨੂੰ ਮਿਲ ਸਕਦਾ ਜੇਕਰ ਤੁਹਾਡੀ ਈਜ਼ੇ 8000 ਤੋਂ ਲੈ ਕੇ ਤੁਹਾਡੀ ਈਜ਼ੇ 56000 ਤੱਕ ਵੀ ਹੈ ਫਿਰ ਵੀ ਸਰਕਾਰ ਵੱਲੋਂ ਤੁਹਾਨੂੰ ਇਹ ਜਿਹੜੇ ਪੈਸੇ ਮਿਲਣਿਆ ਇਹ ਜਿਹੜਾ ਬੋਨਸ ਆ 80% 90% 95% डिपेंड ਕਰਦਾ ਈਜ਼ੇ ਕਿੰਨੀ ਆ ਉਹਦੇ ਹਿਸਾਬ ਨਾਲ ਮਿਲਦਾ ਇੰਪਸ ਉਹ ਜਿਹੜਾ ਇਸ ਨੇ ਪੈਸੇ ਤੁਹਾਨੂੰ 31 ਦਸੰਬਰ 2023 ਤੋਂ ਪਹਿਲਾਂ ਪਹਿਲਾਂ ਮਾਫ ਕਰਦਣੇ ਆ ਹੁਣ ਹੈ ਕਿ ਇਹ ਬੋਨਸ ਦੇਖੋ ਜੀ ਇਹ ਉਹ ਬੋਨਸ ਆ ਜਿਨ੍ਹਾਂ ਦੇ ਘਰ ਬੱਚੇ ਨੇ ਜਿਨ੍ਹਾਂ ਦੀ ਉਮਰ 3 ਸਾਲ ਤੋਂ ਲੈ ਕੇ 14 ਸਾਲ ਤੱਕ ਜੇਕਰ ਤੁਹਾਡੇ ਘਰ ਬੱਚਾ 3 ਤੋਂ 14 ਸਾਲ ਦੀ ਉਮਰ ਦੇ ਵਿੱਚ ਹੈ ਉਹ ਛੁੱਟੀਆਂ ਦੇ ਵਿੱਚ ਹੈ ਸਕੂਲ ਨਹੀਂ ਜਾ ਰਿਹਾ ਇਹਨਾਂ ਦਿਨਾਂ ਛੁੱਟੀਆਂ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਚੈੰਤਰੀ ਇਸ ਟੀਵੀ ਦੇ ਵਿੱਚ ਭੇਜ ਸਕਦੇ ਆ ਜੈਂਤਰੋ ਇਸ ਟੀਵੀ ਉਹ ਜਿੱਥੇ ਬੱਚੇ ਸਕੂਲ ਦੀਆਂ ਛੁੱਟੀਆਂ ਦੇ ਵਿੱਚ ਸਾਰੇ ਬੱਚੇ ਰਲ ਕੇ ਖੇਡਦੇ ਨੇ ਨੱਚਦੇ ਨੇ ਟੱਪਦੇ ਨੇ ਤੇ ਇਹ ਜਿਹੜਾ ਬੋਨਸ ਆ 400 ਐਰੋ ਤੱਕ ਮਿਲਦਾ ਜਿੰਨੇ ਵੀ ਗਰਮੀਆਂ ਦੇ ਵਿੱਚ ਸਕੂਲਾਂ ਤੋਂ ਬਾਅਦ ਐਕਟੀਵਿਟੀਆਂ ਹੁੰਦੀਆਂ ਨੇ ਜਿੱਥੇ ਤੁਹਾਨੂੰ ਜਾਣ ਦੇ ਲਈ ਪੈਸੇ ਦੇਣੇ ਪੈਂਦੇ ਆ ਬੱਚਿਆਂ ਨੂੰ ਇੱਕ ਬੱਚੇ ਦੇ 400 ਐਰੋ ਮਿਲਨੇ ਆ ਜੇਕਰ ਤੁਹਾਡੇ ਦੋ ਬੱਚੇ ਨੇ ਤਾਂ ਤੁਸੀਂ ਉੱਥੇ ਉਹਨਾਂ ਨੂੰ ਭੇਜ ਸਕਦੇ ਆ ਦੋਨਾਂ ਦੇ ਤੁਹਾਨੂੰ 800 ਐਰੋ ਤੱਕ ਮਿਲ ਸਕਦੇ ਜੇ ਚਾਰ ਬੱਚੇ ਨੇ ਤਾਂ ਉਹਨੇ ਹੀ ਚਾਰ ਨੂੰ ਗੁਣਾ ਕਰ ਲਓ ਬੱਚਿਆਂ ਨੂੰ ਭੇਜਣ ਦੇ ਲਈ ਗਰਮੀਆਂ ਦੇ ਵਿੱਚ ਜਿੱਥੇ ਚੈਂਟਰੋ ਇਸਤੀਵੋ ਹੁੰਦਾ ਉਹਦੇ ਵਿੱਚ ਜਾਣ ਦੇ ਲਈ ਸਰਕਾਰ ਤੁਹਾਨੂੰ ਪੈਸੇ ਦੇ ਰਹੀ ਆ ਇਸ ਕਰਕੇ ਜੇਕਰ ਤੁਸੀਂ ਵੀ ਦੇਖ ਰਹੇ ਹੋ ਘਰ ਦੇ ਵਿੱਚ ਨਿਆਣੇ ਖੇਡਦੇ ਨੇ ਇਲਤਾਂ ਕਰਦੇ ਨੇ ਪਰ ਤੁਸੀਂ ਉਹਨਾਂ ਨੂੰ ਚੈਂਟਰੋ ਇਸਟਿਵੋ ਦੇ ਵਿੱਚ ਭੇਜਣਾ ਚਾਹੁੰਦੇ ਹੋ ਪਰ ਪੈਸੇ ਜ਼ਿਆਦਾ ਲੱਗ ਰਹੇ ਨੇ ਤਾਂ ਕੋਈ ਚੱਕਰ ਨਹੀਂ 400 ਕਰੋ ਸਰਕਾਰ ਨੇ ਤੁਹਾਨੂੰ ਦੇ ਦੇਣਾ ਹੁਣ ਮਿਲਦੇ ਕਿੱਦਾਂ ਜੀ ਦੇਖੋ ਜੇ ਤੁਸਾਂ ਸਾਨੂੰ ਦੱਸਿਆ ਕਿ ਇੰਪਰਸ ਨੇ ਵਾਪਸ ਕਰਨੇ ਜੇਕਰ ਤੁਹਾਡੀ ਈਜ਼ੇ ਜਿਹੜੀ 8000 ਰੁਪਏ ਦਾ ਤਾਕਾ ਤਾਂ ਫਿਰ ਤੁਹਾਨੂੰ 100% 400 ਦਾ 400 ਸਰਕਾਰ ਨੇ ਵਾਪਸ ਕਰ ਦੇਣਾ ਤੇ ਜੇਕਰ ਤੁਹਾਡੀ ਈਜ਼ੇ ਜਿਹੜੀ 8000 ਤੋਂ ਲੈ ਕੇ 24000 ਦੇ ਵਿੱਚ ਵਿੱਚ ਤੁਹਾਨੂੰ 95% ਪੈਸੇ ਵਾਪਸ ਆ ਜਾਣੇ ਜੇਕਰ ਤੁਹਾਡੀ ਈਜ਼ੇ 24000 ਤੋਂ ਲੈ ਕੇ 32000 ਦੇ ਵਿੱਚ ਆਉਂਦੇ ਤਾਂ ਫਿਰ ਜਿਹੜੇ ਤੁਹਾਨੂੰ ਪੈਸੇ ਮਿਲਣੇ ਆ ਜੀ 90% ਪੈਸੇ ਮਿਲਣੇ ਆ ਅਤੇ ਜੇਕਰ ਤੁਹਾਡੀ ਇਸੇ 32% ਤੋਂ 32000 ਰੁਪਏ ਤੋਂ ਲੈ ਕੇ 56000 ਰੁਪਏ ਤੱਕ ਤਾਂ ਫਿਰ ਤੁਹਾਨੂੰ 85% ਜਿਹੜਾ ਸਰਕਾਰ ਵੱਲੋਂ ਪੈਸੇ ਵਾਪਸ ਆਣੇ ਉਦਾਂ ਹੀ ਜੇਕਰ ਤੁਹਾਡੀ ਇਸੇ 56000 ਤੋਂ ਟੱਪ ਜਾਂਦੀ ਆ ਤਾਂ ਉਹਦੇ ਵਿੱਚ ਵੀ ਲਿਮਟ ਹੈ ਜਿਹਦੇ ਵਿੱਚ ਤੁਹਾਨੂੰ 80% ਤੱਕ ਜਿਹੜੇ ਆ ਪੈਸੇ ਵਾਪਸ ਆ ਸਕਦੇ ਆ ਅਤੇ ਇਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਜੇਕਰ ਕਿਸੇ ਘਰ ਦੇ ਵਿੱਚ ਕੋਈ ਹੈਂਡੀਕੈਪਡ ਬੱਚਾ ਹੋਵੇ ਜਾਂ ਕੋਈ ਅਨਾਥ ਬੱਚਾ ਹੋਵੇ ਤਾਂ ਉਹਨਾਂ ਨੂੰ ਬੈਲ ਦਿੱਤੀ ਜਾਂਦੀ ਹੈ ਤੇ 500 ਸੀਟਾਂ ਦਾ ਜਿਹੜਾ ਰਾਖਵਾ ਕੋਟਾ ਰੱਖਿਆ ਗਿਆ ਜਿਹੜੇ ਬੱਚੇ ਹੈਂਡੀਕੈਪਟ ਨੇ ਉਹਨਾਂ ਨੂੰ ਪੈਸੇ ਦੇ ਦਿੰਦਾ ਇਸ ਕਰਕੇ ਈਜ਼ੇ ਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਏਰੀਏ ਦੇ ਵਿੱਚ ਚੈਂਟਰੋ ਇਸਤੀਵੇ ਦੇ ਇਸਤੀਵੋ ਵਿੱਚ ਬੱਚਿਆਂ ਨੂੰ ਪਾ ਸਕਦੇ ਹੋ ਉੱਥੇ ਉਹਨਾਂ ਨੂੰ ਖੇਡਣ ਲਈ ਲੈ ਕੇ ਜਾ ਸਕਦੇ ਹੋ ਤੇ ਸਰਕਾਰ ਦੇ ਕੋਲੋਂ ਪੈਸੇ ਲੈ ਸਾਡੇ ਤੁਹਾਡੇ ਬੱਚਿਆਂ ਦਾ ਇੰਜੋਏ ਵੀ ਹੋ ਜਾਣਾ ਤੁਹਾਡੇ ਪੈਸੇ ਵੀ ਜਿਹੜੇ ਆ ਵਾਪਸ ਆ ਜਾਣੇ ਜੀ ਮਿਲਦੇ ਆ ਸ਼ਾਮ ਦੇ ਅਪਡੇਟ ਦੇ ਵਿੱਚ ਹੁਣ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ